बटाला दे नेड़े पिंड ठक्कर संधु विखे अज उस समय सवेरे सनसनी फैल गई जद एक नौजवान की लाश नहर के कंडे मिली। उत्थे ही पुलिस नूं सूचित किया गया। मौके पर पहुंचे पुलिस DSP ललित कुमार ने दस्सिया कि उन्हां वल्लों तफ्तीश शुरू की जा चुकी है और लाश नूं कब्जे च लैण उपरंत उक्त नौजवान की पहचान मेजर सिंह 44 साल वजों हुई है। मुढ़ली जांच च यह सामने आया कि मृतक नौजवान की लाश से तेज धार हथियारों नाल वार किए जाने के निशान भी हैं। उत्थे ही लाश नूं पोस्टमार्टम लई सिविल हस्पताल बटाला च भेजा गया है। ਭਾਈ ਆਪਣੇ ਪ੍ਰਾਹੁਣਾ ਜੀ ਹੈ, ਵੱਡੇ ਪ੍ਰਾਹੁਣਾ ਜੀ ਹੈ। ਹਾਂਜੀ ਹਾਂਜੀ ਭਾਈ, ਮੈਂ ਭੇਜਦਾ ਕੋਈ ਇੱਕ ਵੀ ਮਾਮਲਾ ਹੈ ਸਰ, ਪਤਾ ਲੱਗਿਆ? ਪਤਾ ਨਹੀਂ ਹੈ ਜੀ ਕੀ ਹੋਇਆ ਜੀ, ਸਾਨੂੰ ਤਾਂ ਇੱਕ ਫੋਨ ਹੀ ਪਹੁੰਚਿਆ ਇੱਥੋਂ। ਪਹਿਲਾਂ ਵੀ 6 ਮਹੀਨੇ ਪਹਿਲਾਂ ਵੀ ਹਮਲਾ ਹੋਇਆ ਜੀ, ਅਤੇ ਘਰੇ ਹੋਇਆ ਜੀ, ਉਦੋਂ ਵੀ ਦਾਤਰਾਂ ਨਾਲ ਵੱਢ ਕੇ ਗਏ ਸੀ ਇੱਦਾਂ ਹੀ, ਉਹ ਇੱਥੋਂ ਐਂ ਕਰਕੇ ਗਏ ਸੀ ਮਤਲਬ, ਅਤੇ ਹੁਣ ਵੀ ਸਾਨੂੰ ਤੜਕੇ ਫੋਨ ਆਇਆ ਜੀ। ਕੱਲ੍ਹ ਉੱਦਾਂ ਜਦੋਂ ਘਰੋਂ ਤੁਰੇ ਆ ਅਤੇ ਮਤਲਬ ਕੁੜੀ ਨੂੰ ਇਹ ਕਹਿ ਕੇ ਗਏ ਆ ਕਿ ਅਸੀਂ ਚੱਲੇ ਮੁੰਡਾ ਹੀ ਨਾਲ ਇਹਦੇ, ਅਤੇ ਮੁੜ ਕੇ ਤੜਕੇ ਸਾਨੂੰ ਕੁੜੀ ਦਾ ਫੋਨ ਆਇਆ ਕਿ ਘਰੇ ਆਏ ਨਹੀਂ, ਅਤੇ ਥੋੜ੍ਹੇ ਕੁ ਟਾਈਮ ਬਾਅਦ ਮੁੜ ਕੇ ਇੱਥੋਂ ਪੁਲਿਸ ਦਾ ਫੋਨ ਚੱਲ ਗਿਆ ਜੀ। ਇਹ ਜਿਨ੍ਹਾਂ ਨੇ ਕਤਲ ਕੀਤਾ ਆ, ਕੋਈ ਪਛਾਣ ਆ ਤੁਹਾਨੂੰ ਉਹਨਾਂ ਦੀ? ਕੌਣ? ਨਹੀਂ ਜੀ, ਹਜੇ ਤੱਕ ਨਹੀਂ ਕੋਈ ਪਛਾਣ। ਕੀ ਮੰਗ ਚਾਹੁੰਦੇ ਪੁਲਿਸ ਪ੍ਰਸ਼ਾਸਨ ਤੋਂ ਜੀ? ਸਾਨੂੰ ਕਾਰਵਾਈ ਚਾਹੀਦੀ ਹੈ ਜੀ। ਕਤਲ ਦਾ ਵਾਰਦਾਤ ਹੋਈ ਹੈ, ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਇਸ ਸੰਬੰਧੀ ਸਰ ਜੀ, ਮੇਜਰ ਸਿੰਘ ਸਨਫ ਹਰਜੀਤ ਸਿੰਘ ਕੀੜੀ ਮਿਲ 'ਚ ਕੰਮ ਕਰਦਾ ਸੀ, ਉਮਰ 44 ਸਾਲ ਸੀ। ਇਹ ਅੱਜ ਸਾਨੂੰ ਸਵੇਰੇ ਨੀਅਰ ਅਬਾਊਟ 8 ਵਜੇ ਦੇ ਕਰੀਬ ਲੱਗਾ ਪਤਾ ਵੀ ਤੱਕ ਡੈਡ ਬੋਡੀ ਪਈ ਹੈ, ਸਿਰ 'ਤੇ ਸੱਟ ਆ, ਖੰਬੇ ਬੰਨੇ ਸੱਜੀ ਥੋੜ੍ਹੀ ਸੱਜੇ ਬੰਨੇ ਸੱਟ ਆ, ਕੂਣੀ ਸੱਟ ਆ ਸੱਜੀ ਕੂਣੀ 'ਤੇ, ਪਲੱਸ ਪੇਟ 'ਤੇ ਸੱਟ ਆ ਖੰਬੇ ਪਾਸੇ ਜੀ। ਅਤੇ ਵੈਰੀਫਾਈ ਡੇ ਕਰਨ ਲੱਗੇ ਉਹ ਦਾਤਰ ਮਿਲਿਆ, ਖੂਨ ਕਾਫੀ ਵਗਿਆ ਅਤੇ ਪੇਂਟ ਸੇਧੇ ਆਏ ਆ, ਅਤੇ ਕਾਰ ਵੀ ਲੱਗੀਆਂ ਸ਼ੁਰੂ ਕਰ ਦਿੱਤੀ, ਡੈਡ ਬੋਡੀ ਭੇਜਤੀ ਹੈ ਜੀ। ਕਾਰਨਾਂ ਦਾ ਪਤਾ ਲੱਗ ਸਕਿਆ ਜੀ? ਅਜੇ ਨਹੀਂ ਵੈਰੀਫਾਈ ਕਰਨ। ਸਰ ਇੱਕ ਪਹਿਲਾਂ ਕਹਿ ਰਹੇ ਵੀ ਇੱਥੇ ਲੜਾਈ ਝਗੜਾ ਇਹਦਾ ਹੋਇਆ ਪਿੰਡ, ਕਹਿੰਦੇ 6 ਵੈਰੀਫਾਈ ਕੀਤਾ ਥੋੜ੍ਹਾ ਪਿੰਡ ਲੜਾਈ ਝਗੜਾ ਦਾ ਹੋਇਆ 6 ਮਹੀਨੇ ਪਹਿਲਾਂ, ਪਰ ਸੱਟ ਸੁੱਟ ਲੱਗੀ ਪਰ ਪਰਚਾ ਦਰਜ ਨਹੀਂ ਹੋਇਆ ਮੇਰੇ ਖਿਲਾਫ ਕਰਾਇਆ ਇਹਨਾਂ ਨੇ। ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ? ਅਸੀਂ ਜੀ ਹੁਣ ਮੁਤਾਬਕ ਜੋ ਫੈਮਿਲੀ ਮੈਂਬਰ ਸਾਰੇ ਆ, ਵਾਈਫ ਆ ਰਹੀ ਆ, ਸਹੁਰਾ ਆ ਰਿਹਾ, ਮਦਰ ਆ ਰਿਹਾ, ਭੈਣ ਭਰਾ ਆ ਰਿਹਾ, ਉਹਨਾਂ ਨੂੰ ਤਾਂ ਕਾਰਵਾਈ ਕਰਦੀ ਹਾਂ।